ਹਾਲ ਹੀ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਣ ਆਏ ਵਿਅਕਤੀ ਕੋਲੋਂ ਚੋਰ 4,80,000 ਰੁਪਏ ਲੈ ਕੇ ਭੱਜਣ ਦੇ ਵਿੱਚ ਸਫਲ ਹੋ ਗਿਆ। ਦਰਅਸਲ ਧਰਨਾ ਨਾਮ ਦਾ ਵਿਅਕਤੀ ਮੂੰਗਫਲੀ ਦਾ ਕੰਮ ਕਰਦਾ ਸੀ ਤੇ ਉਸਨੇ ਉਸੇ ਤੋਂ 4,80,000 ਰੁਪਏ ਕਮਾਏ ਸੀ ਜਿਨ੍ਹਾਂ ਨੂੰ ਜਮ੍ਹਾਂ ਕਰਾਉਣ ਲਈ ਉਹ ਬੈਂਕ ਦੇ ਵਿੱਚ ਆਇਆ ਸੀ। ਇਸ ਦੌਰਾਨ ਧਰਮਾ ਨੂੰ ਕੋਈ ਅਣਪਛਾਤਾ ਵਿਅਕਤੀ ਚਕਮਾ ਦੇ ਕੇ ਪੈਸੇ ਲੈ ਕੇ ਭੱਜਣ ਦੇ ਵਿੱਚ ਫਰਾਰ ਹੋ ਗਿਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 24 ਘੰਟਿਆਂ ਦੇ ਅੰਦਰ ਅੰਦਰ ਮੁਲਜ਼ਮ ਨੂੰ ਕਾਬੂ ਕਰ ਲਿਆ। ਸਰ, ਕੀ ਮਾਮਲਾ ਸੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ? ਇਹ ਧਰਮਾ ਨਾਮ ਦਾ ਵਿਅਕਤੀ ਹੈ ਜਿਹੜਾ ਮੂੰਗਫਲੀ ਦਾ ਕੰਮ ਕਰਦਾ। ਇਹ ਸਰਦੀਆਂ ਦਿਨਾਂ ਵਿੱਚ ਜਿਹੜਾ ਇਹ ਰਾਜਸਥਾਨ ਬੀਕਾਨੇਰ ਤੋਂ ਮੂੰਗਫਲੀ ਲੈ ਕੇ ਆਉਂਦਾ। ਉਸੇ ਦੇ ਪੈਸੇ 4,80,000 ਰੁਪਇਆ ਜਿਹੜਾ ਇਹ PNB ਪੰਜਾਬ ਨੈਸ਼ਨਲ ਬੈਂਕ ਮੁਕਤਸਰ 'ਚ ਜਮ੍ਹਾਂ ਕਰਾਉਣ ਆਇਆ ਸੀ 30 ਤਰੀਕ ਨੂੰ 3:00 ਵਜੇ। ਉੱਥੋਂ ਕੋਈ ਬੈਂਕ ਦੇ ਵਿੱਚੋਂ ਜਾਂ ਤਾਂ ਕੋਈ ਚਕਮਾ ਦੇ ਕੇ ਆਉਣ ਵਿਅਕਤੀ ਜਿਹੜਾ ਉਹ ਇਹਦੇ ਪੈਸੇ ਚੋਰੀ ਕਰਕੇ ਲੈ ਗਿਆ ਸੀ, ਪੈਸਾ ਵਾਲਾ ਬੈਗ ਜਿਹੜਾ ਸੀਗਾ। ਉਹਦੇ ਸੰਬੰਧ ਤੋਂ ਅਸੀਂ ਸਿਟੀ ਮੁਕਤਸਰ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਉਹਨੂੰ ਉਸੇ ਥੋੜ੍ਹੇ ਟਾਈਮ ਦੇ ਵਿੱਚ ਇਹਨੂੰ ਟਰੇਸ ਕਰ ਲਿਆ ਸੀ। ਲੇਕਿਨ 24 ਘੰਟੇ ਦੇ ਅੰਦਰ ਜਿਹੜਾ ਮੇਰੇ ਦੋਸ਼ੀ ਜਿਹੜਾ ਜੀਵਨ ਸਿੰਘ ਰਾਮਿਆਣਾ ਫਰੀਦਕੋਟ ਦੇ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ। ਕਿੱਥੋਂ ਅਰੈਸਟ ਕੀਤਾ ਸਰ? ਉਹਨਾਂ ਨੇ ਹਰੇ ਢਾਬੇ ਦੇ ਨਿੱਜੀ ਤੋਂ ਅਰੈਸਟ ਕੀਤਾ। ਇਹ ਟੋਟਲ 4,80,000 ਰੁਪਏ ਸੀ ਜਿਹੜੇ ਚੋਰੀ ਹੋਏ ਸੀ, ਜਿਹਦੇ ਵਿੱਚੋਂ 4,43,000 ਰੁਪਏ ਅਸੀਂ ਜਿਹੜੇ ਤੋਂ ਬਰਾਮਦ ਕਰ ਲਏ। ਪਹਿਲਾਂ ਵੀ ਚੋਰੀ ਦਾ ਮਾਮਲਾ ਇਸੇ ਦਾ ਬਾਕੀ ਫਰਦਰ ਇਹਦਾ ਹਰਮਾਨ ਲਵਾਂਗੇ ਕਿ ਕੀ ਮੁਕੱਦਮੇ ਆ, ਕੋਈ ਕਿਹੜਾ ਕੰਮ ਕਰਦਾ, ਹੋਰ ਚੋਰੀਆਂ ਕੀਤੀਆਂ, ਉਹ ਜਿਵੇਂ ਜਿਵੇਂ ਸਾਹਮਣੇ ਆਊ ਉਸ ਹਿਸਾਬ ਨਾਲ ਕਰ ਰਹੇ। ਸਰ, ਜਿਹੜੀ PNB ਦੀ ਬ੍ਰਾਂਚ ਕਿਹੜੇ ਰੋਡ ਤੇ ਸੀ? ਕੋਟਕਪੁਰ। ਉੱਥੇ ਹੀ ਮੁਲਜ਼ਮ ਨੇ ਕਿਹਾ ਕਿ ਉਸ ਨੂੰ ਉਸਦੀ ਕੀਤੀ ਗਈ ਗਲਤੀ ਤੇ ਬਹੁਤ ਪਛਤਾਵਾ ਹੈ। ਕੀ ਮੈਨੂੰ ਇਹਦੀ ਮਾਫੀ ਦਿੱਤੀ ਹੈ ਬਈ? ਮੈਂ ਇਹ ਗਲਤੀ ਕਰਕੇ ਬਹੁਤ ਪਛਤਾਉਣਾ। ਜੋ ਮੈਂ ਗਲਤੀ ਕੀਤੀ ਸੀ, ਕੋਈ ਮੈਨੂੰ ਇਹੋ ਜਿਹਾ ਬੰਦਾ ਨਹੀਂ ਮਿਲਿਆ ਕਿ ਮੈਂ ਆਪਦੇ ਆਪ ਨੂੰ ਪੇਸ਼ ਕਰ ਸਕਾਂ। ਹੁਣ ਬਈ ਮੈਨੂੰ ਆਪੇ ਚੱਕ ਲਿਆ ਗਿਆ ਅਤੇ ਮੈਂ ਬਹੁਤ ਗਲਤੀ ਮੰਨਦਾ ਬਈ। ਰੰਗਲਾ TV ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੋਡੇ ਦੀ ਰਿਪੋਰਟ।